ਕੀ ਮਾਮਲਾ ਕੀ ਹੈ ਸਾਰਾ? ਇਹ ਜਲੰਧਰ ਰੂਰਲ SSP ਦੇ ਇੰਸਟਰਕਸ਼ਨਸ ਤੇ, SSP ਸਰ ਦੇ ਤੇ, DG ਸਰ ਦੇ ਇੰਸਟਰਕਸ਼ਨਸ ਤੇ ਜਿਹੜੀ ਡਰਾਈਵ ਅਗੇਂਸਟ ਡਰੱਗਸ ਚੱਲ ਰਹੀ ਹੈ ਉਹਦੇ ਵਿੱਚ CIS ਸਟਾਫ ਨੇ ਕੁੱਲ 650 grams ਹੈਰੋਇਨ ਦੀ ਰਿਕਵਰੀ ਕੀਤੀ ਹੈ ਤੇ 3 ਸਸਪੈਕਟਸ ਨੂੰ ਅਰੈਸਟ ਕੀਤਾ ਹੈ। ਇਹਦੇ 'ਚ ਪਹਿਲਾਂ ਇੱਕ ਬੰਦਾ ਸੀ ਗੁਰਪ੍ਰੀਤ ਗੋਪਾ, ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਡਰੱਗ ਸਮਗਲਿੰਗ ਤੇ ਵੇਚਣ ਦਾ ਕੰਮ ਕਰਦਾ। ਉਹ CIS ਸਟਾਫ ਇੰਚਾਰਜ ਵੱਲੋਂ ਪੁਸ਼ਪ ਬਾਲੀ ਜੀ ਵੱਲੋਂ ਨਾਕਾ ਲਾ ਕੇ ਉਹਨੂੰ ਵਿਧੀਪੁਰ ਚੌਂਕ ਮਕਸੂਦਾ ਥਾਣੇ ਦੇ ਏਰੀਆ 'ਚੋਂ ਅਰੈਸਟ ਕੀਤਾ ਗਿਆ ਅਤੇ 100 grams ਹੈਰੋਇਨ ਦੀ ਰਿਕਵਰੀ ਹੋਈ ਸੀ। ਉਹਨੇ ਫਿਰ ਆਪਣੇ ਅੱਗੇ ਦੋ ਸਾਥੀਆਂ ਬਾਰੇ ਦੱਸਿਆ ਸੀ, ਰਸ਼ਪਾਲ ਭਾਪਾ ਅਤੇ ਰਾਜਦੀਪ ਰਾਜਾ। ਉਹਨਾਂ ਨੂੰ ਅਰੈਸਟ ਕੀਤਾ ਗਿਆ ਆਪਣੇ ਆਪਣੇ ਘਰੋਂ ਅਤੇ ਉਹਨਾਂ ਨੇ ਆਪਣੀ ਕੁਐਸ਼ਨਿੰਗ ਵਿੱਚ, ਡਿਸਕਲੋਜਰ ਸਟੇਟਮੈਂਟ ਵਿੱਚ ਫਰਦਰ ਸਾਨੂੰ 550 grams ਹੈਰੋਇਨ ਦੀ ਰਿਕਵਰੀ ਕਰਾਈ। ਮੈਨੂੰ ਕਿੱਥੋਂ ਲੈ ਕੇ ਆਏ ਸੀ, ਇਹਨਾਂ ਨੇ ਕਿੱਥੇ ਡਿਲੀਵਰੀ ਦੇਣੀ ਸੀ? ਇਹਨਾਂ ਦਾ ਮੋਡਸ ਓਪਰੈਂਡੀ ਇਹ ਹੈ ਕਿ ਇਹ ਪਾਕਿਸਤਾਨ ਤੋਂ ਜਿਹੜੇ ਡਰੋਨ ਡਰੋਪਿੰਗਸ ਹੁੰਦੇ ਆ ਉਹਦੇ ਥਰੂ ਇਹ ਡਰੱਗਸ ਉੱਥੋਂ ਮੰਗਵਾਉਂਦੇ ਆ। ਪਾਕਿਸਤਾਨ ਦੇ ਕੰਟੈਕਟਸ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਅੱਗੇ ਫਿਰ ਇਹ ਕਈ ਜਗ੍ਹਾ ਵੇਚਦੇ ਆ। ਜੀ ਗੱਲ ਕਰੀਏ ਇਹਨਾਂ ਦੀ ਬੈਕਗ੍ਰਾਉਂਡ, ਬੈਕਗ੍ਰਾਉਂਡ ਕੀ ਹੈ ਇਹਨਾਂ ਦੀ? ਬੈਕਗ੍ਰਾਉਂਡ ਜੀ ਇਹ, ਇਹਦੇ 'ਚ ਜਿਹੜਾ ਗੋਪਾ ਹੈ ਇਸ 'ਤੇ ਪਹਿਲਾਂ ਵੀ ਪਰਚੇ ਦਰਜ ਹੈ, ਇਹਨਾਂ 'ਚੋਂ ਦੋ 'ਤੇ ਪਹਿਲਾਂ ਪਰਚੇ ਦਰਜ ਹੈ, ਤੀਜਾ ਇੱਕ ਸਾਬਕਾ ਸਰਪੰਚ ਦਾ ਹਸਬੈਂਡ ਹੈ। ਇਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਆ? ਇਹ ਸਾਰਾ ਜੀ ਤਫਤੀਸ਼ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ, ਜੇ ਪਹਿਲਾਂ ਵੀ ਪਰਚੇ ਹੈ ਇਹ ਜਣੇ ਕਰਤਾ ਰਹੇ, ਬਾਕੀ ਅਸੀਂ ਵੈਰੀਫਾਈ ਕਰਵਾ ਰਹੇ ਹਾਂ। ਇਹ ਕਿੰਨੇ ਦੀ ਲੈ ਕੇ ਆਏ ਸੀ, ਕਿੰਨੇ ਦੀ ਦੇਣੀ ਸੀ, ਹੋਰ ਇਹਨਾਂ ਦੇ ਕੋਈ ਮੈਂਬਰ ਹੋਣ ਨਾਲ? ਇਹਨਾਂ ਨੇ ਹੋਰ ਇੱਕ ਮੈਂਬਰ ਦਾ ਨਾਂ ਲਿਆ ਹੋਇਆ, ਉਸ ਤੇ ਵੀ ਪਹਿਲਾਂ ਪਰਚੇ ਦਰਜ ਹੈ, ਉਹਨੂੰ ਵੀ ਅਸੀਂ ਤਫਤੀਸ਼ ਵਿੱਚ ਲਿਆ ਕੇ ਨਾਮਜ਼ਦ ਕਰਤਾ। ਹਾਂਜੀ ਮੈਡਮ, ਕੀ ਮਾਮਲਾ ਕੀ ਹੈ ਸਾਰਾ? ਇਹ ਜਲੰਧਰ ਰੂਰਲ SSP ਦੇ ਇੰਸਟਰਕਸ਼ਨਸ ਤੇ, SSP ਸਰ ਦੇ ਤੇ, DG ਸਰ ਦੇ ਇੰਸਟਰਕਸ਼ਨਸ ਤੇ ਜਿਹੜੀ ਡਰਾਈਵ ਅਗੇਂਸਟ ਡਰੱਗਸ ਚੱਲ ਰਹੀ ਹੈ ਉਹਦੇ ਵਿੱਚ CIS ਸਟਾਫ ਨੇ ਕੁੱਲ 650 grams ਹੈਰੋਇਨ ਦੀ ਰਿਕਵਰੀ ਕੀਤੀ ਹੈ ਅਤੇ 3 ਸਸਪੈਕਟਸ ਨੂੰ ਅਰੈਸਟ ਕੀਤਾ ਹੈ। ਇਹਦੇ 'ਚ ਪਹਿਲਾਂ ਇੱਕ ਬੰਦਾ ਸੀ ਗੁਰਪ੍ਰੀਤ ਗੋਪਾ, ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਡਰੱਗ ਸਮਗਲਿੰਗ ਅਤੇ ਵੇਚਣ ਦਾ ਕੰਮ ਕਰਦਾ। ਉਹ CIS ਸਟਾਫ ਇੰਚਾਰਜ ਵੱਲੋਂ ਪੁਸ਼ਪ ਬਾਲੀ ਜੀ ਵੱਲੋਂ ਨਾਕਾ ਲਾ ਕੇ ਉਹਨੂੰ ਵਿਧੀਪੁਰ ਚੌਂਕ ਮਕਸੂਦਾ ਥਾਣੇ ਦੇ ਏਰੀਆ 'ਚੋਂ ਅਰੈਸਟ ਕੀਤਾ ਗਿਆ ਅਤੇ 100 grams ਹੈਰੋਇਨ ਦੀ ਰਿਕਵਰੀ ਹੋਈ ਸੀ। ਉਹਨੇ ਫਿਰ ਆਪਣੇ ਅੱਗੇ ਦੋ ਸਾਥੀਆਂ ਬਾਰੇ ਦੱਸਿਆ ਸੀ, ਰਸ਼ਪਾਲ ਭਾਪਾ ਅਤੇ ਰਾਜਦੀਪ ਰਾਜਾ। ਉਹਨਾਂ ਨੂੰ ਅਰੈਸਟ ਕੀਤਾ ਗਿਆ ਆਪਣੇ ਆਪਣੇ ਘਰੋਂ ਅਤੇ ਉਹਨਾਂ ਨੇ ਆਪਣੀ ਕੁਐਸ਼ਨਿੰਗ ਵਿੱਚ, ਡਿਸਕਲੋਜਰ ਸਟੇਟਮੈਂਟ ਵਿੱਚ ਫਰਦਰ ਸਾਨੂੰ 550 grams ਹੈਰੋਇਨ ਦੀ ਰਿਕਵਰੀ ਕਰਾਈ। ਮੈਨੂੰ ਕਿੱਥੋਂ ਲੈ ਕੇ ਆਏ ਸੀ, ਇਹਨਾਂ ਨੇ ਕਿੱਥੇ ਡਿਲੀਵਰੀ ਦੇਣੀ ਸੀ? ਇਹਨਾਂ ਦਾ ਮੋਡਸ ਓਪਰੈਂਡੀ ਇਹ ਹੈ ਕਿ ਇਹ ਪਾਕਿਸਤਾਨ ਤੋਂ ਜਿਹੜੇ ਡਰੋਨ ਡਰੋਪਿੰਗਸ ਹੁੰਦੇ ਆ ਉਹਦੇ ਥਰੂ ਇਹ ਡਰੱਗਸ ਉੱਥੋਂ ਮੰਗਵਾਉਂਦੇ ਆ। ਪਾਕਿਸਤਾਨ ਦੇ ਕੰਟੈਕਟਸ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਅੱਗੇ ਫਿਰ ਇਹ ਕਈ ਜਗ੍ਹਾ ਵੇਚਦੇ ਆ। ਜੀ ਗੱਲ ਕਰੀਏ ਇਹਨਾਂ ਦੀ ਬੈਕਗ੍ਰਾਉਂਡ, ਬੈਕਗ੍ਰਾਉਂਡ ਕੀ ਹੈ ਇਹਨਾਂ ਦੀ? ਬੈਕਗ੍ਰਾਉਂਡ ਜੀ ਇਹ, ਇਹਦੇ 'ਚ ਜਿਹੜਾ ਗੋਪਾ ਹੈ ਇਸ 'ਤੇ ਪਹਿਲਾਂ ਵੀ ਪਰਚੇ ਦਰਜ ਹੈ, ਇਹਨਾਂ 'ਚੋਂ ਦੋ 'ਤੇ ਪਹਿਲਾਂ ਪਰਚੇ ਦਰਜ ਹੈ, ਤੀਜਾ ਇੱਕ ਸਾਬਕਾ ਸਰਪੰਚ ਦਾ ਹਸਬੈਂਡ ਹੈ। ਇਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਆ? ਇਹ ਸਾਰਾ ਜੀ ਤਫਤੀਸ਼ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ, ਜੇ ਪਹਿਲਾਂ ਵੀ ਪਰਚੇ ਹੈ ਇਹ ਜਣੇ ਕਰਤਾ ਰਹੇ, ਬਾਕੀ ਅਸੀਂ ਵੈਰੀਫਾਈ ਕਰਵਾ ਰਹੇ ਹਾਂ। ਇਹ ਕਿੰਨੇ ਦੀ ਲੈ ਕੇ ਆਏ ਸੀ, ਕਿੰਨੇ ਦੀ ਦੇਣੀ ਸੀ, ਹੋਰ ਇਹਨਾਂ ਦੇ ਕੋਈ ਮੈਂਬਰ ਹੋਣ ਨਾਲ? ਇਹਨਾਂ ਨੇ ਹੋਰ ਇੱਕ ਮੈਂਬਰ ਦਾ ਨਾਂ ਲਿਆ ਹੋਇਆ, ਉਸ 'ਤੇ ਵੀ ਪਹਿਲਾਂ ਪਰਚੇ ਦਰਜ ਹੈ, ਉਹਨੂੰ ਵੀ ਅਸੀਂ ਤਫਤੀਸ਼ ਵਿੱਚ ਲਿਆ ਕੇ ਨਾਮਜ਼ਦ ਕਰਤਾ ਹੈ।